सब नूं जी आया जी पुलिस लाइन आउण ते ते असी इक्को ही गल कहने आ वी जे लुधियाणे क्राइम करोगे साडी तुहाडे ते निगाह ये नहीं हो सकता भी तुसी फड़े ना जाओ। ये 21 तरीक नूं एक वारदात हुई सी जिहदे च पीएयू शाम नूं 21 दी शाम नूं हुई सी पीएयू दे विचों स्नैचिंग हुई सी ते उह पैसे दी खोह करके लै गए सी ते उहदे विचों नूं बेसिकली उह दूजे बंदे हाँ ते उहदे विच जदों देखो इत्थे डिफरेंट गल इह आ तुहाडे राहीं इक इह वी मैं गल कहना चाहूंगा भी प्लीज रब दे वास्ते गलत अमाउंट ना लिखाया करो। इत्थे बंदे फड़े जांदे आ ओह टाइम गया भी जदों बंदे नहीं फड़े जांदे सी ते जो मर्जी अमाउंट लिखा लैंदे सी ते जो मर्जी कह लैंदे सी। इत्थे हर केस ट्रेस हुंदा इहदे च जदों वारदात होई सी तां सब तों पहला जबानी दस्सिया 7 लख परचा दर्ज कराउण वेले इहनूं दस्सिया 5 लख ते फिर अल्टीमेटली हुण घट के 4+ ते बाद दे विच जदों बंदे फड़े गए तां कहिंदे 4+ फिर असीं आखिया अमाउंट हजे मिलदा नहीं फिर विचों इस ढंग दी गल जी बैग की जिप खुली रह गई सी। मैं सोचा भी ये रेता जिहड़ा किर जूगा बैग की जिप खुली रह गई सी ते वी घट जां वध अमाउंट दे विच जिहड़ी ਉਹ ਅਮਾਊਂਟ ਹੈ ਜਿਹੜਾ ਉਹਦੇ ਚ ਹਜੇ ਫਰਕ ਹੈ। ਅਸੀਂ ਉਹਦੇ ਚ ਤਿੰਨੇ ਅਕਿਊਜ਼ਡ ਹੈ ਜਿਹੜੇ ਉਹ ਫੜ ਲਏ ਆ ਪਰ ਇਹਦੇ ਵਿੱਚੋਂ ਜਿਹੜੀ ਇੰਪੋਰਟੈਂਟ ਗੱਲ ਇਹ ਆ ਦੂਜੇ ਕੇਸ ਵਾਲੇ ਵੀ ਮੈਂ ਕਹੂੰਗਾ ਉਹ ਵੀ ਲਿਆਓ ਇੱਕ ਵਾਰੀ ਉਹ ਐਕਚੁਅਲ ਉਹ ਹੈ ਜਿਹੜੇ ਇਸ ਕੇਸ ਵਾਲੇ ਤੇ ਉਹਦੇ ਚ ਮੈਂ ਤੁਹਾਨੂੰ ਦੱਸੂਗਾ ਇਹਦੇ ਚ ਮਨਦੀਪ ਉਰਫ ਦੀਪਾ ਜਿਹੜਾ ਇਹਦੇ ਤੇ 15 ਮੁਕੱਦਮੇ ਦਰਜ ਆ ਤੇ ਇਹਦੇ ਚੋਂ ਵੀ ਇੰਪੋਰਟੈਂਟ ਗੱਲ ਇਹ ਆ ਕਿ ਮਨਦੀਪ ਤੇ 5 ਜਲੰਧਰ 5 ਮੁਕੱਦਮੇ ਜਲੰਧਰ 2 ਹੁਸ਼ਿਆਰਪੁਰ 3 SAS ਨਗਰ 1 SBS ਨਗਰ एक मोगे एक खन्ने एक कमिश्नरेट लुधियाना इहनूं इहदे विच उठ के बेटा एक एक जणा इहनां विच उठ के इधरले पासे हाँ नहीं कोई नहीं कोई नहीं तुसीं पर नहीं आ दूजे नूं सेंड कर लो नहीं बस ਉਹਨੂੰ ਉਹਦੇ ਵਿੱਚ ਜਿਹੜੇ ਇਹਦੇ ਵਿੱਚੋਂ ਮਨਦੀਪ ਜਿਹੜਾ ਉਰਫ ਦੀਪਾ ਜਿਹੜਾ ਉਹਦੇ ਤੇ 15 ਮੁਕੱਦਮੇ ਦਰਜ ਹੈ ਤੇ ਇਹਦੇ ਵਿੱਚੋਂ ਹਰਵਿੰਦਰ ਤੇ ਕੋਈ ਮੁਕੱਦਮਾ ਨਹੀਂ ਤੇ ਸਨੀ ਉਰਫ ਲੱਡੂ ਇਹਦੇ 3 ਮੁਕੱਦਮੇ ਦਰਜ ਹੈ ਤੇ ਹਜੇ ਇਹਨਾਂ ਨੂੰ ਅਸੀਂ ਪੁੱਛਗਿੱਛ ਕਰਾਂਗੇ कोर्ट पेश करके रिमांड लवेंगे तो जेड़े अमाउंट का फर्क निकल रहा गलत ना जी लिखाओ इत्थे बंदे फड़े जाते फिर झूठा होना बंदे लिए बहुत मुश्किल वाली गल कह के बल्ले बल्ले भी जां तां आपदे आप नूं अमीर साबित करना चाहते हैं तो जां सोचते भी इंश्योरेंस क्लेम लै लीए तो जां इह सोचते भी इह कहिड़ा लभे जाणे आ भी लोकां च ही परत बन जूगी बड़ा अमीर सी जी भी 7 लख लै गया तो 5 लख लै गया अल्टीमेटली अमाउंट इन्हां दे दसण मुताबक कोई 2 लख दे करीब सी हजे पर असी इस गल नूं फाइनल नहीं कहिंदे क्योंकि इन्हां ने वंडिया सी जिहड़ा अमाउंट पर असी साडी जिहड़ी जदों अगे इन्वेस्टिगेशन रिमांड ते लैके प्यार दे नाल इन्हां नूं सारी बिठा के गल करांगे आमणे सामणे भी गल करांगे गल क्लीयर हो जूगी ते पर इन्ना भी जिहड़ी साडे मेरी टीम दी स्ट्रेंथ है जिहड़ी साडे टीम दा कम करन दा ढंग है
ਇਹਦੇ 'ਚ ਅਸੀਂ ਸ਼ੀਸ਼ੇ ਵਾਂਗੂ ਸਾਫ਼ ਚੀਜ਼ ਕਰ ਦਿੰਦੇ ਹਾਂ। ਇਸ ਕਰਕੇ ਇਹ ਗੱਲ ਦੇ ਵਿੱਚ ਉਹਨੂੰ ਉਹ ਹੋ ਜੂਗਾ, ਕਲੀਅਰ ਹੋ ਜੂਗਾ। ਅਤੇ ਨੰਬਰ 2 'ਤੇ ਦੁਗਰੀ ਏਰੀਏ ਦੇ ਵਿੱਚ ਕਾਰ ਜਿਹੜੀ ਖੋਲ੍ਹੀ ਗਈ ਸੀ 12 ਘੰਟਿਆਂ 'ਚ, ਇਹਨਾਂ ਨੂੰ ਭੁਲੇਖਾ ਵਾਰ ਵਾਰ ਹਜੇ ਤੱਕ ਸਮਝ ਨਹੀਂ ਆਉਂਦੇ, ਜਾਂ ਤੁਸੀਂ ਅੱਧੀਆਂ ਖਬਰਾਂ ਵਿੱਚੋਂ ਲੁਕੋ ਦਿੰਦੇ ਹੋ, ਪੂਰੀ ਚਲਾਉਂਦੇ ਨਹੀਂ। ਦੋ ਹੀ ਗੱਲਾਂ, ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਲੁਧਿਆਣਾ ਕਮਿਸ਼ਨਰੇਟ ਹੈ ਜੀ। ਜੇ ਪਹਿਲਾ ਕੇਸ ਜ਼ਿਆਦਾ ਜ਼ੋਰ ਲੱਗ ਗਿਆ ਸਾਡਾ, 6 ਦਿਨ ਹੋ ਗਏ ਅਤੇ ਅਸੀਂ ਆਪਦੀ ਉਸ ਗੱਲ ਦੇ ਵਿੱਚ ਮਿਹਨਤ ਦੇ ਵਿੱਚ ਕਮੀ ਨਹੀਂ ਕੀਤੀ। ਦੂਜਾ ਕੇਸ 12 ਘੰਟਿਆਂ ਦੇ ਵਿੱਚ ਹੀ, ਅਸੀਂ ਤਿੰਨੇ ਮੁਲਜ਼ਮ ਹਾਂ ਜਿਹੜੇ, ਅਜੇ ਕੁਮਾਰ, ਜਗਤਾਰ ਸਿੰਘ ਜੱਗਾ, ਮਨਜੀਤ ਨੋਨਾ ਅਤੇ ਸਿਮਰਨਜੀਤ ਗੁੱਡੂ, ਚਾਰੇ, ਅਤੇ ਇੱਕ ਪੰਜਵਾਂ ਜਿਹੜਾ ਇਹਨਾਂ ਦੇ ਨਾਲ ਖੂਹ ਵਾਲਾ ਸੀ ਉਹ ਚੰਨਪ੍ਰੀਤ ਸੀ। ਇਹਦੇ ਵਿੱਚੋਂ ਇਹਨਾਂ ਤੋਂ ਸਵਿਫਟ ਡਿਜ਼ਾਇਰ ਕਾਰ ਜਿਹੜੀ ਖੋਹੀ ਗਈ ਸੀ ਉਹ, ਸਪਲੈਂਡਰ ਮੋਟਰਸਾਈਕਲ ਅਤੇ ਇੱਕ ਪਿਸਟਲ, ਇੱਕ ਖਿਡੌਣਾ ਪਿਸਟਲ, ਲੋਹੇ ਦਾ ਦਾਤ ਜਿਹੜਾ ਮਾਰਿਆ ਸੀ ਉਹਦੇ, ਅਤੇ ਇੱਕ ਰਾਡ, ਅਤੇ 16 ਲੁੱਟੇ ਹੋਏ ਵੱਖ ਵੱਖ ਲੋਕਾਂ ਤੋਂ ਮੋਬਾਈਲ, ਜਿਹੜੇ ਇਹਨਾਂ ਤੋਂ ਜਿਹੜੇ ਸਨੈਚ ਕੀਤੇ ਹੋਏ ਸੀ ਉਹ ਮੋਬਾਈਲ ਰਿਕਵਰ ਹੋਏ ਸੀ। ਅਤੇ ਇਹਦੇ ਵਿੱਚੋਂ ਜਿਹੜਾ ਦੂਸਰਾ ਹੈਗਾ, ਜਿਹੜੀ ਪਹਿਲਾਂ ਜਿਹੜੀ ਵਾਰਦਾਤ ਹੋਈ ਸੀ PAU 'ਚ, ਇਹ ਉਹਦੇ ਵਿੱਚ ਜਿਹੜੀਆਂ ਕਾਰਾਂ ਰੇਡਸ ਕਾਰ ਯੂਜ ਹੋਈ ਸੀ, ਟਾਟਾ ਸਫਾਰੀ ਰੇਡਸ 'ਤੇ ਆਏ, ਗੱਡੀ ਕਿਤੇ ਪਾਰਕ ਕੀਤੀ, ਸਫਾਰੀ ਉੱਤੇ ਸੀ, ਸਫਾਰੀ ਨੂੰ ਲਿਆ। ਕਈ ਵਾਰੀ ਇੱਥੇ ਕ੍ਰਿਮੀਨਲ ਸੋਚਦੇ ਆ ਵੀ ਮੋਬਾਈਲ ਨਹੀਂ ਯੂਜ਼ ਕਰ ਰਿਹਾ ਤਾਂ ਨਹੀਂ ਫੜਿਆ ਜਾਊਗਾ, ਮੋਬਾਈਲ ਘਰੇ ਰੱਖੇ ਜਾਊਗਾ ਤਾਂ ਫੜਿਆ ਜਾਊ, ਗੱਡੀ ਚੇਂਜ ਕਰ ਲੂੰ ਤਾਂ ਨਹੀਂ ਫੜਿਆ ਜਾਊਗਾ, ਅਤੇ ਜਾਂ ਮੈਂ ਆਪਦੀ ਡਰੈਸ ਚੇਂਜ ਕਰ ਲੂੰਗਾ ਤਾਂ ਨਹੀਂ ਫੜਿਆ ਜਾਊਗਾ। ਇੱਥੇ ਸਭ ਫੜੇ ਜਾਣਗੇ ਜੀ, ਇਹਦੇ 'ਚ ਕੋਈ ਰੌਲਾ ਨਹੀਂ ਹੈਗਾ। ਇਹਨਾਂ ਨੇ 3 ਵਹੀਕਲ ਪਹਿਲਾਂ ਮੋਟਰਸਾਈਕਲਾਂ 'ਤੇ, ਫਿਰ ਉਹ ਤੋਂ ਬਾਅਦ ਇਹਦੀ ਜਿਹੜੀ ਹੈਗੀ ਹੈ ਰੇਡਸ ਕਾਰ ਨੂੰ ਫਿਰ ਖੜੀ ਕਰਕੇ, ਫਿਰ ਸਫਾਰੀ ਫਿਰ ਖੜੀ ਕਰਕੇ ਵਾਪਸ, ਫਿਰ ਰੇਡਸ, ਫਿਰ ਮੋਟਰਸਾਈਕਲ। ਅਤੇ ਇਹਦੇ ਵਿੱਚੋਂ ਇੱਕ ਹੋਰ ਇੰਪੋਰਟੈਂਟ ਗੱਲ ਆ, ਜਿਹੜੇ ਲੈਪਟਾਪ 'ਤੇ ਮੋਬਾਈਲ ਸਾੜਿਆ ਸੀ, ਜਿੱਥੇ ਜਾ ਕੇ ਪਰਾਲੀ ਦੇ ਨਾਲ ਸਿੱਟ ਕੇ ਸਾੜਿਆ ਸੀ, ਅਤੇ ਉਹ ਜਿਹੜਾ ਹੈਗਾ ਲੈਪਟਾਪ 'ਤੇ ਪਰਾਲੀ ਦੇ ਵਿੱਚੋਂ ਸੜਿਆ ਹੋਇਆ, ਜਿੱਥੋਂ ਜਾ ਕੇ ਇਹਨਾਂ ਤੋਂ ਰਿਕਵਰ ਕਰਕੇ, ਇਹ ਅਸੀਂ ਉਹ ਸਾਰਾ ਕੁਛ ਉਹ ਸਮਾਨ ਵਿੱਚ ਅੱਧੀਆਂ ਵੰਡ ਜਿਹੜਾ ਲਿਖਾ ਰਿਹਾ, ਉਹਨੂੰ ਸਮਝਣਾ ਚਾਹੀਦਾ ਵੀ ਅਸੀਂ ਉੱਥੋਂ ਵੀ ਚੀਜ਼ਾਂ ਲਿਆਉਣੇ ਹੁੰਦੇ ਹਾਂ ਅਤੇ ਰਿਕਵਰ ਹੁੰਦੇ ਹਾਂ, ਅਤੇ ਅਮਾਊਂਟ ਇੱਥੇ ਕਿਵੇਂ ਰਹਿ ਜਾਊਗਾ ਵੀ ਜਿਹੜਾ ਅਮਾਊਂਟ ਨਾ ਮਿਲਿਆ ਹੋਵੇ। ਆਹ ਜਿਹੜੀਆਂ ਚੀਜ਼ਾਂ ਉਹ ਪਹਿਲੇ ਕੇਸਾਂ 'ਚ ਦੇਖਿਆ ਨਾ ਤੁਸੀਂ, ਵੀ ਭਾਵੇਂ ਤਾਂ ਗੰਦੇ ਨਾਲੇ ਦੇ ਵਿੱਚ ਸਿੱਟਤਾ ਸੀ, ਤਾਂ ਰਿਕਵਰ, ਅਤੇ ਭਾਵੇਂ ਸਿਵਰੇਜ 'ਤੇ, ਭਾਵੇਂ ਬੈੱਡ 'ਚ, ਅਤੇ ਭਾਵੇਂ ਟੋਆ ਪੱਟ ਕੇ ਜਿੱਥੋਂ ਜਿੱਥੋਂ ਸੀ ਅਤੇ ਉੱਥੋਂ ਤੋਂ ਰਿਕਵਰ ਹੋਇਆ। ਅਤੇ ਆਹ ਜਿਹੜਾ ਹੈਗਾ, ਇਹ ਜਿਹੜੀਆਂ ਚੀਜ਼ਾਂ ਅਸੀਂ ਇਹਦੇ ਵਿੱਚੋਂ ਜਿਹੜਾ ਆਹ ਲੈਪਟਾਪ ਦਾ ਇਹਨਾਂ ਨੇ ਉਹ ਹਾਲ ਕੀਤਾ, ਕੁਛ ਹਾਫ ਬੰਡ ਹੈਗੇ ਆ ਜਿਹੜੇ ਉਹਦੇ ਹਿਸਾਬ ਕਿਤਾਬ ਵਾਲੇ, ਉਹ ਅਸੀਂ ਉਹਦੇ 'ਚ ਰਿਕਵਰ ਕੀਤੇ ਆ। ਗੱਲ ਬੜੀ ਕਲੀਅਰ ਹੈ ਜੀ, ਕ੍ਰਾਈਮ ਕਰਨ ਵਾਲਿਆਂ ਨੂੰ ਬੇਨਤੀ ਆ ਵੀ ਲੁਧਿਆਣੇ ਦੇ ਲੋਕਾਂ ਨੂੰ ਅਮਨ ਚੈਨ ਨਾਲ ਜਿਉਣ ਦਿਓ। ਅਸੀਂ ਆਪਦੀ ਮੇਰੀ ਟੀਮ, DCP ਰੂਰਲ, DCP ਇਨਵੈਸਟੀਗੇਸ਼ਨ, ADCP ਅਤੇ ਬਾਕੀ ਸਾਰੇ ਤਿੰਨੇ ACP ਸਾਡੇ ਬੈਠੇ ਆ, ਇਹਨਾਂ ਨੇ ਇਸ ਦੋਨੇ ਕੇਸਾਂ 'ਚ ਬੜੀ ਸਖ਼ਤ ਮਿਹਨਤ ਕੀਤੀ ਆ। ਹੁਣ ਇਹਨਾਂ ਦੇ ਰਿਮਾਂਡ ਲੈ ਕੇ ਅੱਗੇ ਜੋ ਨਿੱਕੀਆਂ ਮੋਟੀਆਂ ਚੀਜ਼ਾਂ ਅਸੀਂ ਜਿਹੜੇ ਲੂਜ਼ ਐਂਡਸ ਆ ਉਹਨੂੰ ਕਰਕੇ, ਸਾਡਾ ਮਕਸਦ ਫੜਨਾ ਹੀ ਨਹੀਂ, ਸਾਡਾ ਮਕਸਦ ਜਿਹੜਾ ਹੈਗਾ ਉਹਨੂੰ ਕਨਵਿਕਸ਼ਨ ਕਰਾਉਣ ਤੱਕ ਕਿ ਇਹਨਾਂ ਨੂੰ ਸੁਨੇਹਾ ਜਾਵੇ। ਅਤੇ ਉਮੀਦ ਆ ਵੀ ਇਹ ਆਪਦੀਆਂ ਆਦਤਾਂ 'ਤੇ ਜੇਲ੍ਹ 'ਚ ਜਾ ਕੇ ਵੀ ਸੁਨੇਹਾ ਦੇਣਗੇ ਕਿ ਆਦਤਾਂ ਨੂੰ ਸੈੱਟ ਕਰ ਲਓ, ਇੱਥੇ ਉਹ ਟਾਈਮ ਗਿਆ ਵੀ ਜਦੋਂ ਫੜੇ ਨਹੀਂ ਜਾਂਦੇ ਸੀ। ਕੋਈ ਤੁਹਾਡਾ ਸਵਾਲ ਹੈ? ਵੈਸੇ ਸਾਰੀ ਗੱਲ ਕਲੀਅਰ ਹੋ ਗਈ ਅਤੇ ਮੈਨੂੰ ਲੱਗਦਾ। ਸਰ, ਐਸਾ ਹੈ ਕਿ ਤੁਸੀਂ ਕਈ ਵਾਰੀ ਵਾਰਨ ਕਰ ਚੁੱਕੇ ਹੋ ਕਿ ਜਿਹੜੇ ਗਲਤ ਰਿਪੋਰਟ ਕਰਦੇ ਆ ਉਹਨਾਂ ਦੀ ਐਕਸ਼ਨ ਹੋਣਾ ਚਾਹੀਦਾ, ਵਾਈ ਆਰ ਯੂ ਨੋਟ ਟੇਕਿੰਗ ਐਕਸ਼ਨ ਅਗੇਂਸਟ ਦੈਮ?
लुधियाने की पुलिस बड़ी नरम दिल है, नरम दिल है। ओहदे विचों नूं वार वार इन्हां नूं समझाउणे आ वी तुसीं गलत अमाउंट लिखा के गलत गल्लां दस के झूठ बोल के लोकां चों आ वा ते कुछ कु फिर बड़े फेमस है इत्थे लुधियाने दे विच ਉਹ ਖਬਰ ਦਾ ਸਕਰੀਨਸ਼ਾਟ ਬਣਾ ਲੈਂਦੇ ਆ ਤੇ ਫਿਰ ਚਾਰੇ ਪਾਸੇ ਘੁਮਾਉਂਦੇ ਆ ਵੀ ਉਹ 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 ਜਿਹੜੇ ਸਕਰੀਨਸ਼ਾਟਾਂ ਵਾਲਿਆਂ ਨੂੰ ਵੀ ਮੈਂ ਕਹਿੰਦਾ ਵੀ ਆਪਦੀ ਦੁਕਾਨਦਾਰੀ ਉਸੇ ਤੇ ਹੀ ਉਹ ਰੱਖਣ ਦੀ ਬਜਾਏ ਆਪਣੀ ਜਿਹੜੀ ਐਜ਼ ਏ ਸੋਸਾਇਟੀ ਦੇ ਵਿੱਚ ਬਣਦੀ ਹੈ ਸਾਰਿਆਂ ਦੀ ਡਿਊਟੀ ਵੀ ਕ੍ਰਾਈਮ ਨੂੰ ਕਿਵੇਂ ਘੱਟ ਕਰਨਾ, ਕ੍ਰਿਮੀਨਲ ਨੂੰ ਕਿਵੇਂ ਮੈਸੇਜ ਦੇਣਾ। ਸਾਨੂੰ ਤਕਲੀਫ ਹੁੰਦੀ ਹੈ, ਇਹ ਮੇਰੀ ਟੀਮ ਨੂੰ ਤਕਲੀਫ ਹੁੰਦੀ ਹੈ ਜਿਹੜੀ ਦਿਨ ਰਾਤ ਮਿਹਨਤ ਕਰਦੀ ਹੈ। ਇਹ ਅਫਸਰ ਆ ਜਦੋਂ ਕ੍ਰਾਈਮ ਹੁੰਦਾ ਸੌਂਦੇ ਨਹੀਂ, ਇਸ ਅਫਸਰ ਦੀ ਪੂਰੀ ਮਿਹਨਤ ਕਰਦੇ ਆ, ਇਹਨਾਂ ਨੂੰ ਕੇਸ ਨੂੰ ਲੌਜੀਕਲ ਐਂਡ ਤੱਕ ਲੈ ਕੇ ਜਾਂਦੇ ਆ। ਇੱਕ ਕਿਤੇ ਸਵਾਲ ਉੱਠਿਆ ਸੀ ਬਈ ਇੱਕ ਕਾਰ ਜਿਹੜੀ ਗੁਰਦੁਆਰਾ ਸਾਹਿਬ ਦੇ ਕੋਲੋਂ ਉਹ ਰਹਿ ਗਿਆ ਇੱਕ ਕੇਸ ਆਪਣਾ ਜਿਹੜਾ ਕਾਰ ਵਾਲਾ, ਉਹ ਜਿਹੜਾ ਬੰਦੇ ਆਇਡੈਂਟੀਫਾਈਡ ਆ ਪਛਾਣੇ ਗਏ ਆ, ਭੱਜ ਜਿੰਨਾ ਮਰਜ਼ੀ ਲੈਣ, ਸਾਡੇ ਘੰਟੇ ਲੇਟ ਕਰ ਰਹੇ ਆ, ਸਾਡੇ ਦਿਨ ਲੇਟ ਕਰ ਰਹੇ ਆ, ਖੁੱਡਾਂ 'ਚ ਪਾਣੀ ਪਾ ਕੇ ਖੁੱਡਾਂ 'ਚ ਵੜੇ ਚੂਹਿਆਂ ਨੂੰ ਕਿਵੇਂ ਕੱਢਣਾ, ਸਾਨੂੰ ਲੁਧਿਆਣਾ ਪੁਲਿਸ ਨੂੰ ਤੰਗ ਆਉਂਦਾ। ਇਸ ਕਰਕੇ ਜਿੱਥੇ ਮਰਜ਼ੀ ਭੱਜ ਲੈਣ, ਉਹਨਾਂ ਨੂੰ ਬੰਦੇ ਅਕਾਊਂਟਡ ਹੋ ਗਏ, ਕਿਹਨੇ ਕਿਵੇਂ ਵਾਰਦਾਤ ਕੀਤੀ, ਕਿਹੜੀ ਚੀਜ਼ 'ਤੇ ਆਏ ਅਤੇ ਕਿਹੜੀ ਚੀਜ਼ 'ਤੇ ਗਏ, ਉਹ ਵੀ ਸਾਡੀ ਪ੍ਰੋਪਰ ਹੋਮਵਰਕ ਉਹਦੇ 'ਤੇ ਹੋ ਗਿਆ। ਜਿੱਦਣ ਫੜ ਲਏ ਉੱਦਣ ਤੁਹਾਡੇ ਕੋਲ ਲਿਆ ਕੇ ਪਾ ਦਾਂਗੇ, ਅਤੇ ਉਮੀਦ ਕਰਦੇ ਹਾਂ ਵੀ ਉਹ ਆਪਦੀ ਸਿਹਤ ਨੂੰ ਅਤੇ ਤੰਦਰੁਸਤੀ ਨੂੰ ਧਿਆਨ 'ਚ ਰੱਖ ਕੇ ਭੱਜ ਨੱਠਣ ਘੱਟ ਕਰਨਗੇ, ਸੋ ਦੈਟ ਕਿ ਕੋਈ ਤਿਲਕ ਕੇ ਜਾਂ ਕੋਈ ਹੋਰ ਸੱਟ ਫੇਰ ਨਾ। ਨਹੀਂ ਮੈਂ ਵੀ ਦੇਖੋ, ਅਸੀਂ ਇੱਥੇ ਐਲੀਗੇਸ਼ਨ ਨਹੀਂ ਕਿਸੇ 'ਤੇ ਲਾਉਣਾ, ਸਾਡਾ ਕੰਮ ਜਿਹੜਾ ਉਹਦੇ 'ਚ ਉਹ ਹੈਗਾ ਵੀ ਬੜਾ ਪ੍ਰੋਫੈਸ਼ਨਲ ਕੰਮ ਕਰਦੇ ਆ, ਸਾਰੇ ਅਫਸਰ ਕਾਨੂੰਨ ਦਾ ਜਿਹੜਾ ਪਾਲਣ ਕਰਦੇ ਆ, ਹਿਊਮਨ ਰਾਈਟਸ ਦਾ ਧਿਆਨ ਰੱਖਦੇ ਆ, ਸਾਰਾ ਕੁਛ। ਅਸੀਂ ਕਿਸੇ 'ਤੇ ਐਲੀਗੇਸ਼ਨ ਨਹੀਂ ਲਾਉਣਾ, ਪਰ ਮੈਨੂੰ ਲੱਗਦਾ ਸਮਝਣਾ ਚਾਹੀਦਾ, ਤੁਹਾਡੇ ਰਾਹੀਂ ਇਹ ਮੈਸੇਜ ਆਊਗਾ ਵੀ ਗਲਤ ਲਿਖਾਓਗੇ ਤੇ ਤੁਸੀਂ ਵੀ ਫੜੇ ਜਾਓਗੇ, ਜਦੋਂ ਸਭ ਫੜੇ ਗਏ ਤੇ ਤੁਸੀਂ ਵੀ ਫੜੇ ਜਾਓਗੇ। ਜ਼ਰੂਰੀ ਹੈ।